रमन मकसूदा ਇਹ ਆ ਜੀ ਮੁੰਡਾ ਰਮਨ ਮਕਸੂਦਾਂ ਜਿਹਨੇ ਇੱਕੋ ਰੱਬ ਗਾਣਾ ਲਿਖਿਆ ਸੀ ਜਿਹਨੂੰ ਮੈਂ ਫਿਰੋਜ਼ ਭਾਜੀ ਨੇ ਅਤੇ ਸਾਡੇ ਮੈਂ ਮੇਰਾ ਦਿਲ ਨਹੀਂ ਕਰਦਾ ਉਹਨਾਂ ਨੂੰ ਸਵਰਗਵਾਸੀ ਕਹਿਣ ਦਾ ਕਿਉਂਕਿ ਉਹ ਹਮੇਸ਼ਾ ਸਾਡੇ ਅੰਦਰ ਨੇ ਸਾਡੇ ਆਸੇ ਪਾਸੇ ਨੇ ਸਰਦੂਲ ਭਾਜੀ ਸਰਦੂਲ ਸਿਕੰਦਰ ਸਾਹਿਬ ਉਹਨਾਂ ਨੇ ਗਾਇਆ ਸੀ ਉਹ ਗਾਣਾ ਇੱਕੋ ਰੱਬ ਉਹ ਲਿਖਿਆ ਰਮਨ ਨੇ ਸੀ ਅੱਗ ਵਿੱਚ ਸਭ ਤੋਂ ਵੱਡਾ ਰਮਨ ਮਕਸੂਦਾਂ ਤਾਈਓ ਉਹਨਾਂ ਦੇ ਚਰਨੀ ਲਗਾਏ ਰਮਨ ਮਕਸੂਦਾਂ ਜੋ ਕਿ ਸਾਡੇ ਏਰੀਆ ਦਾ ਮਾਣ ਆ ਬਹੁਤ ਹੀ ਸੁਚੱਜਾ ਰਾਈਟਰ ਜਿਸਨੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਨਾਮ ਦੇ ਲਈ ਸ਼ਬਦ ਲਿਖਿਆ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਭਗਤਾਂ ਲਈ ਸ਼ਬਦ ਲਿਖੇ ਆ ਅਤੇ ਪਰਮਾਤਮਾ ਦੇ ਨਾਲ ਕਿਵੇਂ ਲਿਵ ਲੱਗਦੀ ਆ ਅਤੇ ਪਰਮਾਤਮਾ ਦੀ ਉਸਤਤ ਦੇ ਲਈ ਉਸਨੇ ਗੀਤ ਲਿਖੇ ਆ ਸੋ ਉਸਨੂੰ ਸ਼੍ਰੀ ਗੁਰਦਾਸ ਰਾਮ ਆਲਮ ਜੀ ਅਵਾਰਡ ਦਿੱਤਾ ਗਿਆ ਅਤੇ ਉਸ ਨੂੰ ਸਨਮਾਨ ਕੀਤਾ ਗਿਆ ਹੋਰ ਵੀ ਕਈ ਜਗ੍ਹਾ ਸਨਮਾਨ ਕੀਤਾ ਗਿਆ ਲੇਕਿਨ ਆਪਾਂ ਇੱਕ ਹੀ ਵੀਡੀਓ ਦਿਖਾਣੀ ਆ ਅਤੇ ਜਿਹਨਾਂ ਜਿਹਨਾਂ ਕਲਾਕਾਰਾਂ ਨੇ ਉਸਦੇ ਲਿਖੇ ਗੀਤ ਗਾਏ ਆ ਆਪਾਂ ਉਹ ਵੀ ਤੁਹਾਨੂੰ ਥੋੜੇ ਥੋੜੇ ਕਲਿੱਪ ਦਿਖਾਵਾਂਗੇ ਸੋ ਆਪਣਾ ਵੀਰ ਆ ਆਪਣਾ ਮੋਟੀ ਬਣਦਾ ਕਿ ਰਮਨ ਮਕਸੂਦਾਂ ਨੂੰ ਪ੍ਰਮੋਟ ਕਰੀਏ ਸੋ ਇਸ ਕਰਕੇ ਆਪਾਂ ਖੁਸ਼ੀ ਦੇ ਨਾਵੇਂ ਆਪਾਂ ਉਸ ਲਈ ਇਹ ਵੀਡੀਓ ਬਣਾਇਆ ਹੈਗਾ ਸੋ ਰਮਨ ਮਕਸੂਦਾਂ ਨੂੰ ਸ਼੍ਰੀ ਗੁਰਦਾਸ ਰਾਮ ਆਲਮ ਜੀ ਅਵਾਰਡ ਮਿਲਿਆ ਤੁਹਾਨੂੰ ਸ਼੍ਰੀ ਗੁਰਦਾਸ ਰਾਮ ਆਲਮ ਜੀ ਬਾਰੇ ਦੱਸ ਦਿਆ ਜੋ ਕਿ ਇੱਕ ਆਮ ਮਜ਼ਦੂਰ ਹੋ ਕੇ ਜਿਨ੍ਹਾਂ ਨੇ ਜ਼ਿੰਦਗੀ ਸੰਘਰਸ਼ਮਈ ਸਮੇਂ ਤੋਂ ਨਿਕਲ ਕੇ ਬੜਾ ਸੰਘਰਸ਼ ਕੀਤਾ ਅਤੇ ਇੱਕ ਆਮ ਮਜ਼ਦੂਰ ਤੋਂ ਲੈ ਕੇ ਪੋਇਟਰ ਦੀ ਜ਼ਿੰਦਗੀ ਤੱਕ ਦਾ ਸਫ਼ਰ ਭਾਵ ਲਿਖਾਰੀ ਦਾ ਸਫ਼ਰ ਅਤੇ ਕਵਿਤਾਵਾਂ ਰਾਹੀਂ ਜ਼ਿੰਦਗੀ ਅਤੇ ਸੰਘਰਸ਼ ਦਾ ਸਫ਼ਰ ਉਹਨਾਂ ਨੇ ਆਪਣੇ ਕਵਿਤਾਵਾਂ ਰਾਹੀਂ ਲਿਖਿਆ ਅਤੇ ਪੰਜਾਬ ਦੇ ਵਿੱਚ ਆਪਣਾ ਨਾਮ ਬਣਾਇਆ ਸੋ ਇਸ ਲਈ ਸ਼੍ਰੀ ਗੁਰਦਾਸ ਰਾਮ ਆਲਮ ਜੀ ਅਵਾਰਡ ਰਮਨ ਮਕਸੂਦਾਂ ਦਿੱਤਾ ਗਿਆ ਕਿਉਂਕਿ ਉਹਨਾਂ ਨੇ ਬੜੇ ਸਾਫ਼ ਸੁਥਰੇ ਅਤੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਲੇਵਾ ਸੰਗਤਾਂ ਦੇ ਲਈ ਸ਼ਬਦ ਲਿਖੇ ਅਤੇ ਪਰਮਾਤਮਾ ਦੇ ਨਾਲ ਲਿਵ ਜੋੜਨ ਲਈ ਉਹਨਾਂ ਨੇ ਆਪਣੇ ਗੀਤ ਲਿਖੇ ਸੋ ਇਸ ਲਈ ਉਹਨਾਂ ਨੂੰ ਇਹ ਅਵਾਰਡ ਦਿੱਤਾ ਗਿਆ ਸਾਰਿਆਂ ਦੇ ਨਾਲ ਇੱਕ ਸਾਡੇ ਅੱਜ ਦੇ ਬਹੁਤ ਹੀ ਸਤਿਕਾਰਯੋਗ ਸਾਥੀ ਰਮਨ ਮਕਸੂਦਾਂ ਜੀ ਜੋ ਬੜੇ ਮਿਸ਼ਨਰੀ ਗੀਤਾਂ ਦੇ ਨਾਲ ਜਾਣੇ ਜਾਂਦੇ ਆ ਬਹੁਤ ਸਾਰੇ ਕਲਾਕਾਰਾਂ ਨੇ ਉਹਨਾਂ ਦੇ ਗੀਤ ਗਾਏ ਆ ਆਪਾਂ ਇਸ ਮੰਚ ਤੋਂ ਦੋ ਜਿਹੜੇ ਅਵਾਰਡ ਪਹਿਲਾਂ ਗੁਰਦਾਸ ਰਾਮ ਆਲਮ ਅਵਾਰਡ ਆਪਾਂ ਉਹਦਾ ਨਾਂ ਰੱਖਿਆ ਉਹ ਕਸ਼ਮੀਰ ਠੱਕਰਵਾਲ ਜੀ ਨੂੰ ਅਤੇ ਰੱਤੀ ਰੁਧਾਵੇ ਜੀ ਨੂੰ ਆਪਾਂ ਦਿੱਤਾ ਇਸ ਵਾਰ ਦਾ ਜਿਹੜਾ ਗੁਰਦਾਸ ਰਾਮ ਆਲਮ ਅਵਾਰਡ ਆ ਉਹ ਰਮਨ ਮਕਸੂਦਾਂ ਜੀ ਨੂੰ ਅਸੀਂ ਆਪਣੀ ਕਮੇਟੀ ਵੱਲੋਂ ਕਮਲ ਰਾਹਿਲ ਜੀ ਵੱਲੋਂ ਭੇਟ ਕਰ ਰਹੇ ਹਾਂ ਕਿ ਉਹ ਨੌਜਵਾਨ ਜਿਹੜਾ ਸਾਥੀ ਸਾਡਾ ਅੱਛੀ ਉਹਨਾਂ ਦੀ ਕਲਮਾਂ ਬੜਾ ਅੱਛਾ ਲਿਖਦੇ ਨੇ ਅਤੇ ਅਸੀਂ ਇਸ ਗੱਲ ਦੀ ਦੁਆ ਕਰਦੇ ਹਾਂ ਕਿ ਅੱਗੇ ਤੋਂ ਹੋਰ ਵਧੀਆ ਲਿਖਣ ਜਿਹਦੇ ਨਾਲ ਸਮਾਜ ਨੂੰ ਸੇਧ ਮਿਲੇ ਜਿਹਦੇ ਨਾਲ ਇਹ ਜਿਹੜਾ ਮਿਸ਼ਨ ਆ ਉਹ ਘਰ ਘਰ ਦੇ ਵਿੱਚ ਫੈਲੇ ਜਿਹੜੀ ਰੋਸ਼ਨੀ ਬਾਬਾ ਸਾਹਿਬ ਨੇ ਸਤਿਗੁਰ ਰਵਿਦਾਸ ਮਹਾਰਾਜ ਨੇ ਸਾਨੂੰ ਦਿੱਤੀ ਉਹਦਾ ਪ੍ਰਕਾਸ਼ ਪੂਰੀ ਦੁਨੀਆ ਦੇ ਵਿੱਚ ਫੈਲੇ ਰਮਨ ਮਕਸੂਦਾਂ ਜੀ ਆ ਜਾਓ ਮੰਚ 'ਤੇ ਪਲੀਜ਼ ਫਿਰੋਜ਼ ਖਾਨ ਹੋਣੀ ਕਲੀਅਰ ਕੰਠ ਹੋਣੀ ਕੇ ਐਸ ਮੱਖਣ ਹੋਣੀ ਇਸ ਪੱਧਰ ਦੇ ਕਲਾਕਾਰਾਂ ਨੇ ਰਮਨ ਮਕਸੂਦਾਂ ਜੀ ਨੂੰ ਗਾਇਆ ਹੈ ਸੋ ਅਸੀਂ ਸ਼ੁਕਰਗੁਜ਼ਾਰ ਹਾਂ ਉਹਨਾਂ ਦੇ ਉਹਨਾਂ ਨੇ ਸਾਡੇ ਸੱਦੀ ਨੂੰ ਕਬੂਲ ਕੀਤਾ ਆਪਣੇ ਸਨਮਾਨ ਤੋਂ ਪਹਿਲਾਂ ਇਹ ਸਾਡੇ ਸਾਥੀ ਦਾ ਤੱਲਣ ਪਿੰਡ ਦੇ ਵਿੱਚ ਵੀ ਸਨਮਾਨ ਸੀ ਅੱਜ ਤੋਂ ਅਸੀਂ ਆਪਣੇ ਸੰਗੀਤਕਾਰ ਸਾਥੀ ਦਾ ਰਮਨ ਮਕਸੂਦਾਂ ਜੀ ਦਾ ਗੁਰਦਾਸ ਰਾਮ ਆਲਮ ਅਵਾਰਡ ਦੇ ਨਾਲ ਸਨਮਾਨ ਕਰਨ ਦੀ ਖੁਸ਼ੀ ਲੈ ਰਹੇ ਹਾਂ ਰਮਨ ਮਕਸੂਦਾਂ ਜੀ ਸੱਚਖੰਡ ਬੱਲਾਂ ਡੇਰੇ ਦੇ ਨਾਲ ਪੱਕੇ ਤੌਰ 'ਤੇ ਜੁੜੇ ਨੇ ਸਾਰੇ ਗੀਤ ਜਿਹੜੇ ਉਹਨਾਂ ਨੇ ਗਾਏ ਆ ਉਹ ਜਿਹੜਾ ਸਾਡਾ ਚੈਨਲ ਆ ਸਮਾਜ ਦਾ ਬੱਲਾਂ TV ਉਹਦੇ 'ਤੇ ਉਹ ਮੌਜੂਦ ਨੇ ਤੋ ਇਹ ਸਾਥੀ ਦਾ ਅਸੀਂ ਵੈਲਕਮ ਕਰਦੇ ਹਾਂ ਆਪਣੇ ਮੰਚ ਵੱਲੋਂ ਸਨਮਾਨ ਕਰਦੇ ਹਾਂ ਖੁਸ਼ੀ ਲੈ ਰਹੇ ਹਾਂ ਇਸ ਗੱਲ ਦੀ ਕਿ ਸਾਡਾ ਦੋਸਤ ਸਾਡਾ ਵੀਰ ਇਸੇ ਤਰ੍ਹਾਂ ਤਰੱਕੀਆਂ ਕਰੇ ਬੁਲੰਦੀਆਂ ਨੂੰ ਛੂਵੇ ਉਹਨਾਂ ਤੋਂ ਬਾਅਦ ਜਗਤਾਰ ਵਰਿਆਣਵੀ ਜੀ ਉਹਨਾਂ ਦਾ ਵੀ ਸਨਮਾਨ ਹੈ